ਤੇਰੇ ਨਾਲ ਕੀ ਹੋਇਆ? ਕਿਹਨੇ ਕੀਤਾ? ਉਹਨਾਂ ਦੇ ਨਾਮ ਵਗੈਰਾ ਕੌਣ ਨੇ? ਉਹ ਕਿੱਥੇ ਰਹਿੰਦੇ ਨੇ? ਅੰਕਲ ਵਪਾਰ ਨਾਮ ਦਾ ਲੜਕਾ ਮੈਨੂੰ ਆਪਣੇ ਘਰ ਲੈ ਕੇ ਗਿਆ। ਸਾਡੇ ਘਰ ਆਏ ਕਹਿੰਦੇ ਸਾਡੇ ਘਰ ਮਹਿਮਾਨ ਆਏ ਨੇ ਤੇ ਆਓ ਤੇ ਛੱਡ ਜਾਣਾ। ਮੈਨੂੰ ਘਰ ਲੈ ਕੇ ਨੇ ਮੇਰੇ ਕੱਪੜੇ ਉਤਾਰ ਕੇ ਉਹਨਾਂ ਨੇ ਮੇਰੀ ਵੀਡੀਓ ਬਣਾਈ। ਵੀਡੀਓ ਬਣਾ ਕੇ ਫਿਰ ਬਾਅਦ ਉਹ ਮੇਰੀ ਅੰਮੀ ਤੋਂ ਚਲੇ ਗਏ। ਮੈਂ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅੱਗੋਂ ਮੇਰੀ ਅੰਮੀ ਆ ਗਏ ਨੇ ਫਿਰ ਅੱਗੋਂ ਮੈਨੂੰ ਮਾਰਿਆ। ਉਹਨਾਂ ਦੀ ਬੇਟੀ ਨੇ ਮਾਰਿਆ, ਉਹਨਾਂ ਦੇ ਬੇਟੇ ਨੇ ਮਾਰਿਆ। ਹਾਂਜੀ ਚਲੋ ਸਾਨੂੰ ਫਿਰ ਪੂਰੇ ਸਾਰਿਆਂ ਨੇ ਨਾ ਅੰਦਰੋਂ ਕਢਾ ਕੇ ਆਂਦਾ ਉਹਨਾਂ ਤਰ੍ਹਾਂ ਮੁੰਡਿਆਂ ਨੂੰ ਵੀ ਤੇ ਮੈਨੂੰ ਵੀ। ਮੈਂ ਕੁੜੀ ਨਹੀਂ ਲਿਆਉਂਦੀ। ਮੈਂ ਉਹਨਾਂ ਦੇ ਆਖਿਆ ਸੀ ਇਹਨਾਂ ਦੇ ਸਿਰੇ ਚਾੜ ਕੇ ਮਾਰ ਛੱਡਾਂਗੀ। ਪੁਲਿਸ ਵਾਲਿਆਂ ਨੂੰ ਆਖਿਆ ਮਾਂ ਜੀ ਕੁੜੀ ਲਿਆਓ ਕੁੜੀ ਲਿਆਓ। ਅੱਗੇ ਫਿਰ ਇਹਨਾਂ ਨਾ ਮੇਰੀ ਪੁਲਿਸ ਵਾਲਿਆਂ ਨੇ ਕੋਈ ਸੁਣੀ ਨੇ ਨਾ ਮੇਰੀ ਕਿਸੇ ਹੋਰ ਨੇ ਸੁਣੀ ਨੇ ਤੇ ਇਹ ਉਲਟਾ ਚੋਰੀ ਦਾ ਇਲਜ਼ਾਮ ਇਹਨਾਂ ਘਰ ਸੱਦ ਕੇ ਲਾਇਆ ਕੁੜੀ ਨੇ। ਘਰ ਸਾਧਾਤੀ ਕੁੜੀ ਅਸੀਂ ਕੰਮ ਤੇ ਨਹੀਂ ਗਿਆ ਹਾਂ, ਛੁੱਟੀ ਕੀਤੀ ਸੀ। ਰਾਤੀ ਇਹ ਕੁੜੀ ਨੂੰ ਲੈਣ ਆਏ ਨੇ ਕਿ ਸਾਡੇ ਘਰ ਦਾ ਵਾ ਤੇ ਸਾਡੇ ਮਹਿਮਾਨ ਆਏ ਨੇ। ਇਹਨੂੰ ਖਾਲਾ ਜੀ ਘੱਲੋ, ਮੈਂ ਇਹਨੂੰ ਘੱਲ ਦਿੱਤਾ। ਮਗਰੋਂ ਚੌਂ ਘੰਟਿਆਂ ਬਾਅਦ ਇਹ ਫਿਰ ਮੈਨੂੰ ਲੈਣ ਆਏ ਨੇ। ਖਾਲਾ ਜੀ ਘਰ ਕੋਈ ਮਸਲਾ ਤੇ ਆਊਟ ਹੋ। ਫਿਰ ਮੈਂ ਆਪਣੇ ਜਵਾਈ ਦੇ ਅੱਗੇ ਹੱਥ ਜੋੜ ਕੇ ਤਰਲਾ ਕਰਕੇ ਇਹਨੂੰ ਮੈਂ ਖੜਿਆ। ਇਹਨਾਂ ਫਿਰ ਮੇਰੇ ਜਾਂਦਿਆਂ ਕੁੜੀ ਨੂੰ ਮਾਰ ਦੇਣ ਪਿਆ, ਘੁੱਟ ਦੇਣ ਪਿਆ। ਜਵਾਈ ਮੇਰਾ ਬਾਹਰ ਖਲੋਤਾ। ਫਿਰ ਇਹਨਾਂ ਦੀ ਭੈਣ ਆਈ, ਉਹਨੇ ਬੜਾ ਕੁੱਟਿਆ ਇਹਨੂੰ। ਫਿਰ ਇਸ ਮੁੰਡੇ ਨੇ ਫੜਿਆ ਇਹਨਾਂ ਨੂੰ, ਉਸ ਮੇਰੇ ਜਵਾਈ ਨੂੰ। ਫਿਰ ਮੇਰਾ ਪੋਤਰੇ ਗਏ ਨੇ ਮੇਰੇ ਮਗਰ ਪਤਾ ਕਰਨ। ਮੈਂ ਬਿਮਾਰ ਜੀ ਰਹਿੰਦੀ ਹੋਈ, ਉਹਨਾਂ ਕਿਹਾ ਦਾਦੀ ਆਈ ਨੇ ਕੀ ਗੱਲ ਏ। ਇਹਨਾਂ ਫਿਰ ਮੇਰੇ ਪੋਤਰਿਆਂ ਨੂੰ ਮਾਰਿਆ ਇਹਦੇ ਨਾਲ, ਪਸਤੌਲ ਦੇ ਨਾਲ ਇਹਨਾਂ ਬੁੱਝਾ ਬੁੱਝਾ ਇਹਨਾਂ ਬੜਾ ਮਾਰਿਆ। ਮੈਂ ਰੋਂਦੀ ਰਹੀ ਉੱਥੇ ਵੀ ਪੁੱਤਰਾ ਉਹਨਾਂ ਦਾ ਕੀ ਗਨਾਹ, ਵੀ ਪੁੱਤਰਾ ਉਹਨਾਂ ਦਾ ਕੀ ਗਨਾਹ। ਮੈਂ ਤੁਹਾਡੇ ਕੋਲ ਬੈਠੀ ਹਾਂ ਵੀ ਪੁੱਤਰਾ ਤੁਹਾਨੂੰ ਛੁਡਵਾਇਆ ਕਿਨੇ ਵੇ? ਫਿਰ ਮੇਰੇ ਵੱਡੇ ਮੁੰਡੇ ਨੇ 1 2 ਪੁਲਿਸ ਵਾਲਿਆਂ ਨੂੰ ਕੀਤਾ ਫੋਨ। ਫਿਰ ਉਹ ਚੌਂਕ ਦੇ ਵਿੱਚੋਂ ਗਏ ਨੇ ਨਸਤਰੀ ਦੇ ਵਿੱਚੋਂ। ਫਿਰ ਇਹਨਾਂ ਉੱਚਰਾਂ 5 ਮਿੰਟ ਨਾ ਗੇਤਰਾ ਇਹਨਾਂ ਨੂੰ ਘਰ ਪਾਇਆ। ਉਹਨਾਂ ਫਿਰ ਬੂਹਾ ਖੜਕਾਇਆ, ਫਿਰ ਬੂਹਾ ਨਹੀਂ ਲਾਇਆ ਉਹਨਾਂ। ਫਿਰ ਜਦੋਂ ਪੁਲਿਸ ਦਾ ਆਵਾਜ਼ ਸੁਣਿਆ, ਸਾਡੇ ਨਾਲ ਪੁਲਿਸ ਵਾਲਾ ਕੋਈ ਸਲੂਕ ਨਹੀਂ ਕੀਤਾ। ਅਸੀਂ ਪੁੱਤਰ ਆਏ ਹਾਂ, ਸਾਡੀ ਥਾਣੇ ਵਾਲੇ ਸੁਣਨਾ ਹੀ ਕੋਈ ਨਹੀਂ। ਸਾਨੂੰ ਗਵਾਹ ਵੀ ਉਹਨਾਂ ਕਰ ਛੱਡਿਆ ਸੀ ਅੰਦਰ, ਅਤੇ ਪੁਲਿਸ ਵਾਲਿਆਂ ਨੇ ਸਾਨੂੰ ਕਢਾ ਕੇ ਲਿਆਉਂਦਾ।